ਕੋਈ ਤੱਥ ਹੈਗੇ ਤੁਹਾਡੇ ਕੋਲ ਜਿਹੜਾ ਤੁਸੀਂ ਕਹਿੰਦੇ ਹੋ ਵੀ ਸਿਰਸਾ ਦੀ ਕਈ ਕਰੋੜ ਮੇਰੇ ਕੋਲ ਫਸਿਆ ਪਿਆ? ਦੇਖੋ ਇੱਕ ਤਾਂ ਜਿਹਦੇ ਵਿੱਚ ਮੈਂ ਕੀ ਹੋਇਆ ਨਾ ਜੀ, ਜਦੋਂ ਇਹ ਵੀਡੀਓ ਲੀਕ ਹੋਈ ਨਰਿੰਦਰ ਸਿੰਘ ਤੋਮਰ ਵਾਲੀ, ਪਹਿਲਾਂ ਤਾਂ ਮੈਨੂੰ ਇਹ ਨਹੀਂ ਪਤਾ ਕਿਹੜੀ ਐਂਟੀਟੀ ਨੇ ਲੀਕ ਕੀਤੀ। ਜਦੋਂ ਦੂਜੀ ਵੀਡੀਓ ਆ ਗਈ ਤੇ ਰਿਪੋਰਟਰਾਂ ਨੂੰ ਪਤਾ ਨਾ ਲੱਗੇ ਵੀਡੀਓ ਆਈ ਕਿਹਦੀ, ਮੈਂ ਇੱਥੇ ਕਈ ਰਿਪੋਰਟਰਾਂ ਨੂੰ ਪਹੁੰਚ ਕੀਤੀ, ਇੱਕ ਮਹੀਨਾ ਉਹਨਾਂ ਨੇ ਮੇਰੀ ਕੋਈ ਨਹੀਂ ਸੁਣੀ, ਜਿਨ੍ਹਾਂ ਨੂੰ ਮੈਂ ਬਹੁਤ ਜੁਝਾਰੂ ਜਾਂ ਉਹ ਸਮਝਦਾ ਮੈਂ ਸਿਰਸਾ ਸਾਹਿਬ ਬਾਰੇ ਦੱਸਾਂ ਤਾਂ ਜਮਾਂ ਚੁੱਪ ਕਰ ਜਾਣ। ਜਦੋਂ ਨਾ ਹੀ ਕਿਸੇ ਨੇ ਸੁਣੀ ਤਾਂ ਮੈਂ ਫੇਸਬੁੱਕ ਤੇ ਪੋਸਟ ਲਿਖ ਕੇ ਪੋਸਟ ਸਾਂਝੀ ਕੀਤੀ ਤੇ ਉਹ ਸਾਰਾ ਸਿਲਸਿਲਾ ਚੱਲਿਆ। ਉਹ ਲੋਕ ਜਗਮਨਦੀਪ ਸਿੰਘ ਭਰ ਕੇ ਯੂਟਿਊਬ ਤੇ ਪੁਰਾਣੀਆਂ ਇੰਟਰਵਿਊ ਦੇਖ ਸਕਦੇ ਕੀ ਸਿਲਸਿਲਾ ਚੱਲਿਆ। ਹੁਣ ਮੈਂ ਉਹਦੇ 'ਚ ਦੋਸ਼ ਲਾਇਆ ਸੀ ਵੀ ਜਿਹੜੇ ਨਰਿੰਦਰ ਸਿੰਘ ਤੋਮਰ ਨੇ ਇਹਨਾਂ ਦਾ ਪੈਸੇ ਨੂੰ ਕਾਲੇ ਤੋਂ ਚਿੱਟਾ ਕਰਨ ਦੇ ਵਿੱਚ ਮਨਜਿੰਦਰ ਸਿੰਘ ਸਿਰਸਾ ਹੈਲਪ ਕਰਦੇ ਨੇ, ਸਾਰੇ ਮਿਨਿਸਟਰਾਂ ਦੀ, ਇਕੱਲੇ ਉਹਨਾਂ ਦੀਆਂ ਨੇ, ਹੋਰ ਵੀ ਕਰਦੇ ਹੋਣਗੇ। ਉਹ ਕਿਵੇਂ? ਕਿਉਂਕਿ ਦੇਖੋ SGPC ਤੇ DGMC ਦੋ ਬਹੁਤ ਵੱਡੇ ਅਦਾਰੇ ਨੇ। ਇਹ DGMC ਵਾਲੇ ਕਹਿੰਦੇ ਸਾਡਾ ਤਾਂ 64 ਕਰੋੜ ਦਾ ਬਜਟ ਆ ਤੇ ਜਾਗਰਣ ਸਾਮਰਾ ਗੱਲਾਂ ਕਰਦਾ 1000 ਕਰੋੜਾਂ ਦੀਆਂ। ਮੈਂ ਇਹ ਤਾਂ ਨਹੀਂ ਕਿਤੇ ਕਿਹਾ ਜੀ ਵੀ ਇਹਨਾਂ ਨੇ ਕਿੰਨਾ ਘੁਮਾਇਆ ਗੁਰਦੁਆਰਾ ਥਰੂ, ਨਾ ਮੈਂ 64 ਕਰੋੜ ਕਿਹਾ, ਨਾ ਮੈਂ 1400 ਕਰੋੜ ਕਿਹਾ। ਮੈਂ ਤਾਂ ਇਹ ਕਿਹਾ ਵੀ ਮੇਰੇ ਹੱਥਾਂ ਦੇ ਵਿੱਚ ਦੀ ਇਹ ਪੈਸਾ ਘੁੰਮਿਆ ਹੋਇਆ। ਜਦੋਂ ਕਿਤੇ ਨਰਿੰਦਰ ਸਿੰਘ ਤੋਮਰ ਨੂੰ ਇਹ ਪ੍ਰੋਬਲਮ ਆਉਂਦੀ ਸੀ ਵੀ ਆਹ 40 ਲੱਖ ਦਾ ਨੂੰ ਕਿਵੇਂ ਚਿੱਟਾ ਕਰੀਏ ਜਾਂ 1 ਕਰੋੜ ਨੂੰ ਕਿਵੇਂ ਚਿੱਟਾ ਕਰੀਏ, ਉਹ 1 ਕਰੋੜ ਜਾਂ 40 ਲੱਖ ਜਾਂ 20 ਲੱਖ ਜੋ ਵੀ ਰਕਮ ਹੁੰਦੀ ਸੀ ਉਹ ਮਨਜਿੰਦਰ ਸਿੰਘ ਸਿਰਸਾ ਦੇ ਹਵਾਲੇ ਕਰਦੇ। ਇਹ ਤੁਸੀਂ ਬਹੁਤ ਇਹ ਸੰਗੀਨ ਆਰੋਪ ਹੋਏਗਾ ਕਿਉਂਕਿ ਸਾਡੀਆਂ ਸਿੱਖ ਸੰਸਥਾਵਾਂ ਨੇ SGPC ਨੂੰ ਲੈ ਕੇ ਤਾਂ ਜੇ ਕੋਈ ਸਵਾਲ ਵੀ ਕਰਦਾ ਤਾਂ ਸਿੱਖ ਪੰਥ ਦੇ ਵਿੱਚ ਕਈ ਅਜਿਹੇ ਲੋਕ ਨੇ ਜੋ ਕਹਿੰਦੇ ਨੇ ਕਿ ਇਹ ਢਾਹ ਲਾਉਣ ਦੀ ਕੋਸ਼ਿਸ਼ ਹੈ, ਗਲਤ ਆਰੋਪ ਨੇ। ਇਹ ਤੁਸੀਂ ਮੰਨਦੇ ਹੋ ਕਿ ਕਿਸ ਤਰੀਕੇ ਚੜਾਵੇ ਦੇ ਰੂਪ ਦੇ ਵਿੱਚ ਉਹਨੂੰ ਜਿਹੜਾ ਕੀ ਹੈ ਬਦਲਿਆ ਜਾਂਦਾ, ਚਿੱਟਾ ਕੀਤਾ ਜਾਂਦਾ? 64 ਕਰੋੜ ਦਾ ਬਜਟ ਹੈ ਜੀ, ਮੇਰੀ ਇੱਕ ਇੱਕ ਵੀਡੀਓ ਚੱਕ ਲੈਣ ਸਾਰੇ, ਉਹਦਾ ਇੱਕ ਇੱਕ ਸ਼ਬਦ ਸੁਣਨ। ਮੈਂ ਕਿਤੇ ਕਿਹਾ ਹੋਵੇ ਵੀ ਮਨਜਿੰਦਰ ਸਰਸੇ ਨੇ 1000 ਕਰੋੜ ਗੁਰਦੁਆਰਾ ਸਾਹਿਬ ਦੇ ਥਰੂ ਘੁਮਾਏ ਜਾਂ ਮਨਜਿੰਦਰ ਸਰਸੇ ਨੇ 1000 ਕਰੋੜ ਐਂ ਕੀਤਾ, ਕਿਤੇ ਨਹੀਂ ਮੈਂ ਕਿਹਾ। ਮੈਂ ਇਹ ਕਿਹਾ ਵੀ ਨਰਿੰਦਰ ਸਿੰਘ ਤੋਮਰ ਨੂੰ ਕਦੇ ਕੈਸ਼ ਦੀ ਪ੍ਰੋਬਲਮ ਕਿਤੇ ਆ ਜਾਂਦੀ ਸੀ, ਕੈਸ਼ ਨੂੰ ਵਾਈਟ ਕਰਨ ਦੀ, ਬਲੈਕ ਕੈਸ਼ ਨੂੰ ਵਾਈਟ ਕਰਨ ਦੀ, ਉੱਥੇ ਹੈਲਪ ਇਹ ਕਰਦੇ ਸੀ। ਤੇ ਦੂਜੀ ਗੱਲ ਸਬੂਤ, ਮੈਂ ਦੋਸ਼ ਲਾਤੇ ਜੀ, ਜੀ ਮੇਰਾ ਵੀਡੀਓ ਲੀਕ ਹੋਇਆ ਜੀ, ਤੇ ਗਵਾਲੀਅਰ ਇੱਕ ਥਾਣੇ 'ਚ ਰਿਪੋਰਟ ਕਰਾਈ ਸੀ FIR ਮੇਰੇ ਖਿਲਾਫ ਜੀ, ਜਾਂ ਚਲੋ ਉਹ ਵੀਡੀਓ ਦੇ ਖਿਲਾਫ ਵੀ ਜਲ ਹੀ ਆ, ਉਹਦਾ ਕੋਈ ਰਿਪੋਰਟ ਆਈ? ਕਿਸੇ ਨੇ ਕੁਝ ਪੁੱਛਿਆ ਵੀ ਜਲ ਹੀ ਆ? ਕਿਸੇ ਨੇ ਦੱਸਿਆ ਕਿੱਧਰ ਗਈਆਂ ਤੁਹਾਡੀਆਂ ਏਜੰਸੀ ਇੰਨੀਆਂ ਢਿੱਲੀਆਂ ਨੇ, ਕਿਉਂ ਨਹੀਂ ਆਈ? ਕਿਉਂ ਸਾਰੇ ਫਸਦੇ ਸੀ? ਦੂਜੀ ਗੱਲ, ਮੈਂ ਆਪਦੇ ਕੱਲ ਪਰਸੋਂ ਵੀ ਆਪਦੀ ਵਾਲ ਤੇ ਆਪਦੀਆਂ ਰੀਲਾਂ 'ਚ ਉਹ ਆਪਣੇ ਜਿਹੜੀ ਹੁੰਦੀਆਂ ਵਾਇਰ ਦੀਆਂ ਕਾਪੀਆਂ ਨਹੀਂ ਲਾਈ ਆ ਗੁਰਦੁਆਰਾ, ਉਹ ਆਪਣਾ ਸੀਸਗੰਜ ਸਾਹਿਬ ਨੂੰ ਕਿੱਥੇ ਗੁਰਦੁਆਰੇ ਸਾਹਿਬ ਪੈਸੇ ਜਿੱਥੇ ਜਾਂਦੇ ਆ ਜਿੱਥੇ ਹਸਪੀਟਲ ਬਣਾਉਣਾ ਸੀ ਨਕਲੀ ਡਰਾਮਾ ਕਰਕੇ। ਅੱਛਾ ਕੀ ਕੀਤਾ, ਕੋਵਿਡ ਜਾ ਰਿਹਾ ਸੀਗਾ, 100 ਬੈੱਡ ਧਰ ਕੇ ਉਹਨਾਂ ਦੀ ਚਾਦਰਾਂ ਨੀਲੀਆਂ ਜੇ ਵਿਛਾ ਕੇ, ਸਰਾਣੇ ਜੇ ਧਰ ਕੇ, ਨਿੱਕੇ ਨਿੱਕੇ ਉੱਤੇ ਕੰਸਨਟ੍ਰੇਟਰ ਜੇ ਲੱਗ, ਵੀਡੀਓ ਬਣਾ ਕੇ ਯੂਟਿਊਬ ਉੱਤੇ ਪਾ ਕੇ, ਚਲੋ ਬਈ ਚਲੋ ਘਰਾਂ ਨੂੰ। ਆਹ ਸਾਡੀ ਹੈਲਪ ਸੀਗੀ, ਸਿਰਸਾ ਸਾਹਿਬ ਨੇ ਡਰਾਮਾ ਬਹੁਤ ਵੱਡਾ ਰਚਾਇਆ। ਹੁਣ ਸੁਣੋ ਕੀ ਕਹਿਤਾ ਇਹਨਾਂ ਨੇ ਉਸ ਟਾਈਮ, ਕਹਿੰਦੇ ਪੈਸੇ ਜਿਹੜੀ ਡੋਨੇਸ਼ਨ ਹੈ ਨਾ ਸਿੱਧੀ ਜਗਮਨਦੀਪ ਨੂੰ ਭੇਜ ਦਿਓ, ਪੰਗਾ ਕੀ ਪੈ ਗਿਆ? ਜਿਹੜੀ FCRA ਆ ਉਹ ਕਿਸਾਨ ਅੰਦੋਲਨ ਕਰਕੇ ਸਸਪੈਂਡ ਕੀਤੀ ਹੋਈ ਸੀ ਜੀ, ਉਹਦੇ ਸਿੱਧਾ ਲੋਕ ਡੋਨੇਸ਼ਨ ਦੇ ਨਹੀਂ ਸੀ ਸਕਦੇ ਗੁਰਦੁਆਰਾ, ਇੰਡੀਆ ਨੇ ਜਦੋਂ ਸਸਪੈਂਡ ਹੀ ਕਰਤੀ, ਡੋਨੇਸ਼ਨ ਫਸ ਗਈ। ਕਹਿੰਦੇ ਜਗਮਨਦੀਪ ਨੂੰ ਡੋਨੇਸ਼ਨ ਦਿਓ ਜਗਮਨਦੀਪ ਦੇ ਖਾਤੇ 'ਚ, ਅਸੀਂ ਪੂਲ ਬਣਾ ਕੇ ਨਾ PayPal ਦਾ ਜੋੜਤਾ, ਮੇਰੇ ਖਾਤੇ 'ਚ ਡੋਨੇਸ਼ਨ ਆਈ, ਮੈਂ ਉਹਨੂੰ ਵਾਈਟ ਡੋਨੇਸ਼ਨ ਤਾਂ ਚਲੋ ਵਾਈਟ ਹੀ ਸੀ, ਮੈਂ ਉਹਨੂੰ ਜਮ੍ਹਾਂ ਕਰਾਇਆ ICICI ਬੈਂਕ 'ਚ। ਨਰਿੰਦਰ ਸਿੰਘ ਤੋਮਰ ਨੇ ਉਹਨਾਂ ਨੂੰ ਪੈਸੇ ਦਿੱਤੇ,
40 ਲੱਖ 50 ਲੱਖ ਉਹ ਵਾਇਰ ਮੈਂ ਆਪਣਾ ਕਰਤੀ ਸਿਰਸਾ ਸਾਹਿਬ ਨੂੰ, ਉਹਨਾਂ ਨੇ ਉੱਥੇ ਬਲੈਕ ਇੱਥੇ ਵਾਈਟ ਹੋ ਗਿਆ, ਚੱਲ ਮੇਰਾ ਭਾਈ ਗੱਲ ਖਤਮ। ਮੈਂ ਉਹਦੀ ਕਾਪੀ ਪਾਈ ਆ ਜੀ, ਸਬੂਤ ਹੋਰ ਦੱਸੋ ਕੀ ਦੇਵਾਂ। ਮੈਂ ਵਾਇਰਾਂ ਪਾਈਆਂ ਨੇ ਵੀ ਆਹ ਮੈਂ ਸਰਸੇ ਨੂੰ ਕੀਤੀਆਂ ਨੇ, ਮੇਰੀ ਚੈਟ ਆ ਨਰਿੰਦਰ ਸਿੰਘ ਤੋਮਰ ਦੀ ਨੂੰਹ ਨਾਲ ਮੇਰੀ ਚੈਟ ਹੈ ਵੀ ਭਾਬੀ ਜੀ ਕਿੰਨੇ ਕੰਸਨਟ੍ਰੇਟਰ, ਕਿੰਨੇ ਰੈਮਡੀਸੀਵਰ ਚਾਹੀਦੇ ਨੇ ਤੁਹਾਨੂੰ, ਹੈ ਜੀ ਕਿਹੜਾ ਸੈੱਲ ਫੋਨ ਚਾਹੀਦਾ ਤੁਹਾਨੂੰ, ਤੁਹਾਨੂੰ ਕੀ ਚਾਹੀਦਾ ਭਾਬੀ ਜੀ। ਉਹ ਤਾਂ ਕੋਈ ਚੈਨਲ ਨੇ ਚਲਾਇਆ ਹੀ ਨਹੀਂ ਯਾਰ। ਜ਼ਰੂਰ ਅਸੀਂ ਉਹਨਾਂ ਦੀ ਤਸਵੀਰਾਂ ਵੀ, ਉਹ ਚੈਟ ਮੈਂ ਵੀ ਦੇਖੀ ਸੀ ਬਾਈ ਜੀ। ਮੀਡੀਆ ਦਾ ਫਰਜ਼ ਨੇ ਵੀ ਅਸੀਂ ਸਹੀ ਨਕਲੀ ਆ ਜਾਂ ਅਸਲੀ ਇਹਨੂੰ ਯਾਰ ਚੈੱਕ ਕਰਾਓ, ਮੈਥੋਂ ਮੰਗਣ ਵੀ ਭਾਈ ਤੇਰਾ ਇੰਸਟਾਗ੍ਰਾਮ ਦੀ ਚੈਟ ਦੇ ਸਾਨੂੰ, ਅਸੀਂ ਚੈੱਕ ਤਾਂ ਕਰਾ ਲਈਏ ਸਹੀ ਆ ਕਿ ਗਲਤ ਆ ਜੀ। ਉਹ ਤਾਂ ਭਾਈ ਹੁਣ ਕੋਈ ਅਦਾਲਤੀ ਕਰੂ ਕਿਸੇ ਨੂੰ, ਇਹ ਮੇਰੇ ਖਿਲਾਫ ਸ਼ਿਕਾਇਤ ਕਰਨ ਵੀ ਸਾਡੀ ਨੂੰਹ ਦੀ ਚੈਟ ਇਹ ਵਾਇਰਲ ਕਰ ਰਿਹਾ। ਭਰਾਵਾ ਫਸਦੇ ਨੇ ਐਂ ਜਾ ਕੇ, ਮੁੱਖ ਮੰਤਰੀ ਬਣਨਾ ਜੀ, ਚਲੋ ਸਪੀਕਰ ਬਣਾਤਾ ਆਪਾਂ ਨੂੰ ਨੀ ਪਤਾ ਕਿਹੜੀ ਗੱਲੋਂ, ਐਡੇ ਕੁ ਮੈਂ ਦੇ ਕੋਲ ਤਾਂ ਐਡੇ ਐਡੇ ਸਬੂਤ ਨੇ, ਮੈਂ ਦੇਣ ਲੱਗ ਗਿਆ ਤਾਂ ਸਾਰਿਆਂ ਦੇ ਖਸੜ ਖੁੱਲ ਜਾਣਗੇ, ਵਿੱਚ ਕਿਸਾਨ ਆਗੂ ਜਿਹੜੇ ਸਾਨੂੰ ਵੇਚੀ ਬੈਠੇ ਨੇ, ਸਾਡਾ ਪੰਜਾਬ ਵੇਚੀ ਬੈਠੇ ਨੇ, ਖਾਲਸਾ ਪੰਥ ਵੇਚੀ ਬੈਠੇ ਨੇ। ਇੱਕ ਗੱਲ ਮੈਂ ਪੁੱਛਣਾ ਚਾਹੁੰਗਾ, ਤੁਸੀਂ ਇੱਕ ਵੀਡੀਓ 'ਚ ਬੋਲਿਆ ਸੀ ਇੱਕ ਕੈਨੇਡੀਅਨ ਜਾਂ ਮੇਰੇ ਖਿਆਲ ਅਮਰੀਕਨ ਬੈਂਕ ਦੇ ਵਿੱਚ ਤੁਸੀਂ ਕਿਹਾ ਸੀ 700 ਕਰੋੜ, ਪਤਾ ਨਹੀਂ ਕਿੰਨਾ ਅਮਾਉਂਟ, ਕਿੰਨੀ ਰਕਮ ਸੀ ਉਹ? 750 ਕਰੋੜ। ਮੈਂ ਕੀ ਕਿਹਾ ਜੀ, ਮੈਂ ਇੱਥੇ ਰਿਪੋਰਟਰਾਂ ਨੂੰ ਕਿਹਾ ਜਿਹੜੇ ਟੀਵੀ ਤੇ ਰੇਡੀਓ ਤੇ ਨੇ ਵੀ ਆ ਜਾਓ ਮੇਰੇ ਨਾਲ ਰਾਇਲ ਬੈਂਕ ਚੱਲੋ ਜੀ, ਚੱਲ ਕੇ ਵੇਖੋ ਤਾਂ ਸਹੀ ਸਰਸੇ ਦਾ ਕਿੰਨੇ ਪੈਸੇ ਫਸੇ ਹੋਏ ਨੇ। ਉਹਦੇ ਤੇ ਕੈਪ ਲਾਇਆ ਹੋਇਆ ਸਰਕਾਰ ਨੇ ਬੰਦ, ਕਿਉਂ? ਉਹ ਨੋਟਬੰਦੀ ਥਰੂ, ਨੋਟਬੰਦੀ ਵੇਲੇ ਬਾਹਰ ਨਿਕਲੇ ਕੁਛ, ਕੁਛ ਕੋਵਿਡ ਵੇਲੇ ਬਾਹਰ ਨਿਕਲੇ, ਉਹਨਾਂ ਨੇ ਚੱਕ ਕੇ ਕੈਪ ਠੋਕਤਾ ਰਾਇਲ ਬੈਂਕ ਤੇ, ਪਿੱਛੇ ਜੀ ਜੁਰਮਾਨਾ ਹੋਇਆ $7 million ਦਾ ਇਹਨਾਂ ਕੰਜਰਖਾਨਿਆਂ ਕਰਕੇ ਜੀ। ਕੋਈ ਰਿਪੋਰਟ ਨਹੀਂ ਆਇਆ ਵੀ ਚੱਲ ਆ ਚੱਲੀ ਤੇਰੇ ਨਾਲ ਸਬੂਤ ਲੈਣ ਚੱਲੀ। ਤੁਹਾਡੇ ਤੇ ਵੀ ਇੱਥੇ ਸਵਾਲ ਤਾਂ ਭਾਈ ਖੜਾ ਹੁੰਦਾ ਕਿ ਜੇਕਰ ਉਹ ਕਾਲਾ ਪੈਸਾ ਚਿੱਟਾ ਕਰ ਰਹੇ ਸੀ ਤਾਂ ਤੁਹਾਡੇ ਜ਼ਰੀਏ ਹੋਰ ਤੁਸੀਂ ਵੀ ਭਾਗੀਦਾਰ ਹੋ ਫਿਰ ਉਸ ਸਾਰੇ? ਮੈਂ ਤਾਂ ਸਾਰਿਆਂ ਨੂੰ ਕਹਿੰਦਾ ਜੀ, ਮੈਂ ਤਾਂ ਮੇਰੇ ਜਿੱਡਾ ਕੋਈ ਠੱਗ ਹੀ ਨਹੀਂ ਦੁਨੀਆ 'ਚ। ਮੈਂ ਤਾਂ ਸਾਰਿਆਂ ਨੂੰ ਕਹਿੰਦਾ ਭਾਈ ਮੇਰੇ ਕੋਲੇ ਆਓ ਤਾਂ ਬਚ ਕੇ ਆਇਓ ਆਪਦੀ, ਇੱਥੇ ਤਾਂ ਕਬੂਤਰ ਵੀ ਇੱਕ ਪੈਰ ਆ ਕਹਿੰਦੇ ਹੱਥ ਨਾਲ ਪਿੱਛੇ ਹੱਥ ਰੱਖਦਾ, ਅਸੀਂ ਤਾਂ ਜਾਂਦੇ ਹੋਏ ਕਬੂਤਰ ਦਾ ਲਾ ਲੈਂਦੇ ਹੁੰਦੇ ਸਮਾਨ, ਜਿਵੇਂ ਗੈਂਗ ਦਾ ਉਹ ਬੱਸੀਪੁਰ 'ਚ ਉਹ ਬੋਲਦਾ ਹੁੰਦਾ ਡਾਇਲੋਗ ਕਹਿੰਦਾ ਤਵਾੜੀ, ਕਹਿੰਦਾ ਜਾਂ ਤਾਂ ਕਬੂਤਰ ਵੀ ਪਛਵਾੜਾ ਸਵਾਲ ਕੇ ਕਹਿੰਦਾ ਏਕ ਪੰਖ ਸੇ ਉੜਤਾ ਹੈ, ਠੀਕ ਹੈ ਕਹਿੰਦਾ ਯਾਸੀ ਕਿ ਅਸੀਂ ਤਾਂ ਇਹ ਕਹਿੰਦੇ ਹਾਂ ਅਸੀਂ ਚੋਰ ਅਸੀਂ ਠੱਗ ਅਸੀਂ ਸਾਰਾ ਕੁਛ। ਬਈ ਦਾੜੀ ਵਾਲੇ ਹੋ ਖੱਟੀਆਂ ਪੱਗਾਂ ਵਾਲੇ ਹੋ, ਤੁਸੀਂ ਵੀ ਦੱਸੋ ਕਿੰਨੇ ਕੁ ਚੋਰ ਹੋ? ਅਸੀਂ ਤਾਂ ਬੇਨਤੀ ਕਰਦੇ ਹਾਂ ਭਰਾਵਾ ਵੀ ਐਂ ਤਾਂ ਦੱਸ ਦਿਓ ਵੀ ਇੰਨੇ ਕੁ ਕਰੋੜ ਹੁਣ ਤੱਕ ਠੱਗਿਆ। ਤੁਸੀਂ ਕਹਿੰਦੇ ਹੋ ਰਾਇਲ ਬੈਂਕ ਦੇ ਵਿੱਚ 700 ਕਰੋੜ ਦੇ, 750 ਆ ਜੀ, 750 ਕਰੋੜ ਦੇ ਕੀ, 750 ਕਰੋੜ ਦੀ ਰਕਮ ਪਈ ਆ। ਤੁਸੀਂ ਇਹ ਵੀ ਕਿਹਾ ਵੀ ਸਰਸਾ ਕੱਲੇ ਤੋਮਰ ਦਾ ਨਹੀਂ, ਹੋ ਸਕਦਾ ਹੋਰਾਂ ਦਾ ਵੀ ਬਲੈਕ ਐਂਡ ਵਾਈਟ ਕਰਦੇ ਹੋਣ, ਤਾਂ ਤੁਹਾਡੇ ਟੱਚ 'ਚ ਹੋਰ ਕੋਈ ਹੈਗੇ ਸੀ ਕੋਈ ਬੀਜੇਪੀ ਦੇ ਕਾਂਗਰਸ ਦੇ? ਉਦੋਂ ਕ ਸਿਰਸਾ ਸਾਹਿਬ ਤੇ ਪੂਰਾ ਪ੍ਰੈਸ਼ਰ ਸੀ ਵੀ ਇਹਨਾਂ ਨੂੰ ਅਕਾਲੀ ਦਲ 'ਚ ਲਿਆਓ, ਵੀ ਹੈਗੇ ਤਾਂ ਨਾਲ ਹੋ ਸਿਰਸਾ ਸਾਹਿਬ ਦੇ, ਕੁਛ ਇਹੋ ਜਿਹੇ ਤੱਥ ਅਮਿਤ ਸ਼ਾਹ ਜੀ ਕੋਲੇ ਨੇ ਪੁਰਾਣੇ ਟੈਕਸ ਦੇ ਹੋਰ ਲਾਟਰਮ ਫਾਟਰਮ ਜਿਵੇਂ ਭਗਵੰਤ ਮਾਨ ਦੇ ਹੁਣ ਪਰਿਵਾਰ ਦੇ ਨੇ, ਉਹ ਉਸ ਕਰਕੇ ਸਿਰਸਾ ਸਾਹਿਬ ਬਹੁਤ ਕਸੂਤੇ ਜੇ ਫਸੇ ਹੋਏ ਸੀ ਵੀ ਉੱਧਰ ਸਕਵੀਰ ਅਲੀ ਰਹੀਏ ਹੁਣ ਯਾਰ ਕਿਵੇਂ ਕਰੀਏ। ਪਰ ਸਿਰਸਾ ਸਾਹਿਬ ਜਿਹੜੀਆਂ ਮੀਟਿੰਗਾਂ 'ਚ ਤੋਮਰ ਸਾਹਿਬ ਦੇ ਬਹਿੰਦੇ ਸੀ, ਸਾਰੇ ਮੰਤਰੀ ਆ ਕੇ ਮਿਲਦੇ ਨੇ ਜੀ, ਸਾਰਾ ਕੁਛ ਕਰਦੇ ਨੇ ਬਾਈ ਜੀ। ਵੱਡੇ ਵੱਡੇ ਜਿਹੜੇ ਇਹ ਗੋਲਕਾਂ ਦੇ ਜਿਹੜੇ ਇੰਚਾਰਜ ਨੇ, ਇਹ 64 ਕਰੋੜ ਤਾਂ ਬਜਟ ਲੋਕਾਂ ਨੂੰ ਦਿਖਾਉਣ ਨੂੰ, ਜਿਹੜੇ ਸਿਰਸਾ ਸਾਹਿਬ ਇਹ ਦੱਸਣਾ ਕਾਲਕਾ ਸਾਹਿਬ ਦੇ ਕਿੰਨੇ ਖਾਤੇ ਨੇ, ਆਹ ਭਾਈ ਹਰਭਜਨ ਸਿੰਘ ਦੇ ਕਿੰਨੇ ਖਾਤੇ ਨੇ, ਗੁਰਮੀਤ ਦੇ ਕਿੰਨੇ ਨੇ, ਹਰਦੀਪ ਦੇ ਕਿੰਨੇ ਨੇ, ਸਿਰਸਾ ਸਾਹਿਬ ਦੇ ਕਿੰਨੇ ਨੇ, ਸਿਰਸਾ ਸਾਹਿਬ ਦੇ ਜਿਹੜੇ ਕੰਮ ਕਾਰ ਕਰਦੇ ਨੇ ਹੋਰ ਨੌਕਰ, ਜਿਹਨਾਂ ਨੂੰ IGPC 'ਚ ਖੱਟਾ ਪਰਨਾ ਬੰਨ੍ਹ ਕੇ ਨੌਕਰੀਆਂ ਦਵਾਈਆਂ ਗਈਆਂ ਨੇ, ਉਹਨਾਂ ਦੇ ਕਿਹੜੇ ਕਿਹੜੇ ਖਾਤੇ ਨੇ, ਫੇਰ ਲੱਗੂ ਪਤਾ ਵੀ ਇਹ
64 ਕਰੋੜ ਆ ਕਿ 64 ਕਰੋੜ ਹੈ, ਇਹੀ ਪਤਾ 64 ਨਿਕਲਿਆ ਹੋਵੇ ਕੱਲ ਨੂੰ। ਫਿਰ ਇਹ ਦੇਖੋ ਕਿ ਗੁਰਦੁਆਰਾ ਚੋਂ ਜੋਰਜੀਆ ਨੂੰ ਪੈਸੇ ਕਿਉਂ ਜਾਂਦੇ ਆ, ਜੋਰਜੀਆ ਜਾਂਦੇ ਆ ਕਦੇ ਸਿੰਗਾਪੁਰ, ਉੱਧਰ ਕਾ ਕੀ ਕਰਨ ਜਾਂਦਾ ਪੈਸਾ, ਮੈਨੂੰ ਉਹ ਨਹੀਂ ਸਮਝ ਜੀ ਲੱਗੀ ਗੇਮ। ਫਿਰ ਮੇਰੇ ਕੋਲੇ ਇਹਨਾਂ ਦੀ ਵਾਇਰ ਦੀ ਕਾਪੀ ਆ, ਉਹ ਫੋਟੋ ਚ ਪੂਰੀ ਐਨ ਓਰਿਜਨਲ, ਮੈਂ ਜੇ ICICI ਬੈਂਕ ਨੂੰ ਕਹੂੰਗਾ ਤਾਂ ਓਰਿਜਿਨਲ ਵੀ ਕੱਢ ਦੇਣਗੇ। ਮੇਰੇ ਕੋਲੇ ਰਿਪੋਰਟਰ ਆਵੇ, ਮੈਂ ਉਹਦੇ ਨਾਲ ਚੱਲੂ, ਨਾਲੇ ਰੋਇਲ ਬੈਂਕ ਦੇ ਨਾਲੇ ICICI ਸਾਰੇ ਮੈਂ ਨਾਲ ਚੱਲ ਕੇ, ਭਾਈ ਇੱਥੇ ਹੈਗਾ ਜਾਮ ਆ ਖਾਤਾ, ਉਹ ਕਹਿਣਗੇ ਹਾਂਜੀ ਜਾਮ ਹੈਗਾ ਮੇਰੇ ਖਾਤੇ, ਉਹ ਕਹਿਣਗੇ ਹਾਂਜੀ ਮੇਰੇ ਕਿਹੜੇ ਕਿਹੜੇ ਸੰਚ ਜਾਮ ਹੋਏ ਨੇ, ਆਹ ਜੰਤ ਜਾਮ ਉਹਨੇ, ਬਾਕੀ ਜਿੰਨੇ ਪਰ ICICI ਬੈਂਕ ਦਾ ਖਾਤਾ ਲਈ ਚੱਲਦਾ। ਆਵੇ ਰਿਪੋਰਟਰ, ਆਪਾਂ ਚੱਲੀਏ ਕਾਪੀ ਕਢਾ ਕੇ ਲਿਆਈਏ, ਨਹੀਂ ਜਾਈਏ, ਮੈਨੂੰ 25-30 ਮਿੰਟ ਦਾ ਰਾਹ ਹੈ। ਸੋ ਉਹਦੀ ਕਾਪੀ ਮੇਰੇ ਕੋਲ ਹੈਗੀ, ਮੇਰਾ ਖਾਤਾ ਹਲੇ ਉਹ ਚਾਲੂ ਆ, ਬੰਦ ਨੀ ਹੋਇਆ, ਮੈਂ ਕਹਿ ਰਿਹਾ ਸਬੂਤ ਮੇਰੇ ਕੋਲ ਇਹਨੇ। ਫਿਰ ਤੁਸੀਂ ਇਹ ਦੱਸੋ ਵੀ ਜਿਹੜੀ ਮੇਰੀ ਵੀਡੀਓ ਲੀਕ ਹੋਈ ਉਹਦੇ ਵਿੱਚ ਮੈਂ ਸਰਸਾ ਸਾਹਿਬ ਦਾ ਨਾਂ ਲੈ ਰਿਹਾ, ਸਾਰਿਆਂ ਦਾ ਨਾਂ ਲੈ ਰਿਹਾ, ਸਾਰੇ ਪੈਸੇ ਦਾ ਨਾਂ ਲੈ ਰਿਹਾ, ਦਵਿੰਦਰ ਸਿੰਘ ਤੋਮਰ ਦਾ ਮੁੰਡਾ ਮੇਰੇ ਨਾਲ ਗੱਲ ਕਰ ਰਿਹਾ, ਉਹ ਵੀਡੀਓ ਦੀ ਯਾਰ ਫੋਰੈਂਸਿਕ ਜਾਂਚ ਕਿਉਂ ਨੀ ਹੋਈ ਹਲੇ ਤੱਕ, 3-2 ਮਹੀਨੇ ਹੋ, ਉਹ ਤਾਂ ਇੰਡੀਆ ਨੇ, ਇੰਡੀਆ ਦੀ ਏਜੰਸੀਆਂ ਨੇ, ਇੰਡੀਆ ਦੇ ਲੋਕਾਂ ਨੇ, ਉਹਨਾਂ ਨੇ ਦੇਖਣਾ ਨਾ ਵੀ ਸਰਸਾ ਕਿੰਨਾ ਕੁ ਦੁੱਧ ਧੋਤਾ ਭਾਈ।